ਕਿ ਤੁਹਾਡੇ ਮਾਮਲੇ ਵਿੱਚ ਵੀ ਅਜਿਹੀ ਕੁਝ ਗੱਲ ਹੋਈ ਕਿ ਪੇਰੈਂਟਸ ਕੁਝ ਹੋਰ ਬਣਾਉਣਾ ਚਾਹੁੰਦੇ ਸੀ ਪਰ ਲੇਕਿਨ ਤੁਸੀਂ ਉਧਰ ਚਲੇ ਗਏ? ਮੇਰੇ ਪੇਰੈਂਟਸ ਨੇ ਕਦੀ ਪ੍ਰੈਸ਼ਰ ਨਹੀਂ ਪਾਇਆ ਕਿ ਤੂੰ ਡਾਕਟਰ ਬਣ ਜਾਂ ਤੂੰ ਇੰਜੀਨੀਅਰ ਬਣ। ਕਿਹਦੇ ਕਰਕੇ ਜਿਹੜਾ ਹੈਗਾ ਵਾਰਡ ਝੋਲੀ ਦੇ ਵਿੱਚ ਪਿਆ? ਸਭ ਤੋਂ ਪਹਿਲੇ ਤੇ ਵਾਹਿਗੁਰੂ ਦੀ ਕਿਰਪਾ ਹੈ ਜੀ, ਫਿਰ ਮੇਰੀ ਪੇਰੈਂਟਸ ਦੀ ਸਪੋਰਟ ਹੈ ਐਂਡ ਮਾਈ ਫੈਮਿਲੀ ਸਪੋਰਟ। ਡਾਕਟਰ ਸਵਰਨਜੀਤ ਸਿੰਘ ਹੋਰਾਂ ਨੂੰ ਕਦੋਂ ਇਹ ਪਤਾ ਲੱਗਿਆ ਕਿ ਇਹ ਅਵਾਰਡ ਉਹਨਾਂ ਨੂੰ ਮਿਲਣ ਜਾ ਰਿਹਾ? ਬਹੁਤ ਐਕਸਾਈਟ ਹੋ ਗਿਆ ਸੀ ਜਦੋਂ ਅਵਾਰਡ ਮਿਲਿਆ। ਆਈ ਵਾਜ਼ ਵੈਰੀ ਐਕਸਾਈਟਿਡ, ਬਹੁਤ ਅੱਛਾ ਲੱਗਿਆ। ਮੈਂ ਬਿਲੀਵ ਨਹੀਂ ਕੀਤਾ ਵੀ ਮੇਰਾ ਨਾਂ 2% ਸਾਇੰਟਿਸਟ ਵਿੱਚ ਆ ਗਿਆ। ਵੇਖੋ ਸਾਡਾ ਖਾਸ ਪ੍ਰੋਗਰਾਮ ਖਾਸ ਮੁਲਾਕਾਤ, ਇਸ ਵਾਰ ਤੁਹਾਨੂੰ ਰੂਬਰੂ ਕਰਾਵਾਂਗੇ ਡਾਕਟਰ ਸਵਰਨਜੀਤ ਸਿੰਘ ਜੀ ਦੇ ਨਾਲ। ਤਾਂ ਵੇਖਣਾ ਨਾ ਭੁੱਲਣਾ ਐਤਵਾਰ ਦੁਪਹਿਰ 3:30 ਅਤੇ ਰਿਪੀਟ ਟੈਲੀਕਾਸਟ ਵੀਰਵਾਰ ਦੁਪਹਿਰ 2 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ 'ਤੇ।